welcome guys on my youtube channel you are watching my channel aisles with sofia guys i hope that you are taking benefits from my previous videos which i upload on daily basis Guys, first of all, I want to say something to you like today's exam ho, is 18th December 2021 morning and evening slot. I have already shared with you sample answer of that task to which student done in the exam today. उसे मेरी ऑ वाल विडियोज़ मिस कीत मैं दैन प्लीज़ वॉच माई दो वीडियोज़ सो दैट यू कैन नो लाइक हाउ यू कैन राइट दैट सैंपल आंसर विद इन अ कॉम्पलैक्सिव वे ਗਾਈਜ਼ ਅੱਜ ਆਪਾਂ ਰੀਡਿੰਗ ਕਰਨ ਲੱਗੇ ਆ ਰੀਡਿੰਗ ਕੈਂਪ ਵਿੱਚ ਬੁੱਕ 12 ਟੈਸਟ 1 ਦੀ ਹੈ ਜੇਕਰ ਤੁਸੀਂ ਘਰੇ ਟਰਾਈ ਕਰਨਾ ਚਾਹੁੰਦੇ ਹੋ ਦੈਨ ਯੂ ਕੈਨ ਡੂ ਗਾਈਜ਼ ਇਟਸ ਅ ਵੈਰੀ ਗੁੱਡ ਫॉर ਯੂ ਇਸ ਰੀਡਿੰਗ ਦਾ ਜਿਹੜਾ ਫਰਸਟ ਪੈਸੇਜ ਹੈ ਉਹ ਮੈਂ ਤੁਹਾਡੇ ਵਾਸਤੇ ਸੋਲਵ ਕੀਤਾ ਵੈ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਤੁਸੀਂ ਕਿੱਦਾਂ ਸੋਲਵ ਕਰ ਸਕਦੇ ਹੋ ਮੈਂ ਪਹਿਲਾਂ ਸੋਲਵ ਤਾਂ ਕੀਤਾ ਵੈ ਤਾਂ ਵੀਡੀਓ ਦੇ ਵਿੱਚ ਮੈਂ ਡਾਇਰੈਕਟਲੀ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਸਮ ਟਿਪਸ ਐਂਡ ਟ੍ਰਿਕਸ ਲਾਈਕ how you can find so that i have not focus on my pencil or also find the location or oh, true false ट्रू फॉल्स सर्च मैं ਤੁਹਾਨੂੰ ਦੱਸਦੀਆਂ ਕਿ ਮੈਂ ਫਰਸਟ ਤੇ ਨੋਟ 기ਵਨ ਕਿਵੇਂ ਲਗਾਇਆ ਸੈਕਿੰਡ ਤੇ ਫਾਲਸ ਕਿਵੇਂ ਲਗਾਇਆ ਮੈਂ ਤੁਹਾਨੂੰ ਸਾਰਾ ਦੱਸੂਗੀ ਬਟ ਯੂ ਹੈਵ ਟੂ ਵਾਚ ਮਾਈ ਥਿਸ ਵੀਡੀਓ ਟੀਲ ਐਂਡ ਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਲੱਗਦੀ ਹੈ देन ਗਾਇਸ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਆਲਸ ਵਿਦ ਸੋਫੀਆ ਤੇ ਕਿਹੜੀਆਂ ਟਿਪਸ ਐਂਡ ਟ੍ਰਿਕਸ ਸ਼ੇਅਰ ਕੀਤੀ ਜਾਂਦੀਆਂ ਮੈਂ ਕਿਉਂ ਬੱਚਿਆਂ ਦੇ ਬੈਂਡ ਆਉਂਦੇ ਆ ਆਫਟਰ ਵਾਚਿੰਗ ਆਲਸ ਵਿਦ ਸੋਫੀਆਜ਼ ਵੀਡੀਓਜ਼ ਇਨ ਰੀਡਿੰਗ ਮਟੀਰੀਅਲ ओके गाइस नाउ वी विल स्टार्ट डोंट फॉरगेट टू सब्सक्राइब माय चैनल आल्सो विद सोफिया एंड आल्सो शेयर इट ਜਿਹੜੀ गाइस 크리스마스 ਟਰੀ ਦੇ ਉੱਤੇ ਇੱਕ ਛੋਟੇ ਜਿਹੇ ਬੈਲ ਲੱਗੇ ਹੁੰਦੀ ਹੈ ਸੰਟਾ ਕਲੋਸ ਦੀ ਇੱਥੇ ਵੀ ਇੱਕ ਬੈਲ ਲੱਗੀ ਹੋਈ ਹੈ ਇਸ ਨੂੰ ਕਲਿੱਕ ਕਰਨਾ ਨਾ ਭੁੱਲਿਆ ਜੇ ਪਹਿਲਾਂ ਕੀ ਕਰਦੀ ਹੈ ਜਿਵੇਂ ਹੁਣ ਮੇਰੇ ਕੋਲ ट्रू ਫਾਲਸ ਆਇਆ ਠੀਕ ਹੈ ਮੈਂ ਪਹਿਲਾਂ ਸਾਰੇ ਕੀਵਰਡਸ ਅੰਡਰਲਾਈਨ ਕਰ ਲੈਣੇ ਆ ਪਹਿਲਾਂ ਕੀਵਰਡਸ ਅੰਡਰਲਾਈਨ ਕਰ ਲਿੱਤੇ ਦ ਕੋਰਕ ਓਕ ਹੈਜ਼ ਅ ਥਿੱਕੈਸਟ ਬਾਰਕ ਠੀਕ ਹੈ ਸਾਇੰਟਿਸਟ ਡਿਵੈਲਪਡ ਸਾਇੰਟਿਸਟ ਥੋਟ ਮੈਂ ਤੁਹਾਡੇ ਸਾਹਮਣੇ ਕੀਤੇ ਹੋਏ ਆ ਸਾਰੇ ਕੀਵਰਡਸ ਮਾਰਕ ਕੋਰਕ ਵਾਕ ਸ਼ੁੱਡ ਬੀ ਸਟ੍ਰਿਪਡ ਡਰਾਈ ਐਟਮੋਸਫੇਰਿਕ ਕੰਡੀਸ਼ਨਸ ਸਭ ਕਰ ਲਿਆ ਕੋਰਕ ਓਕ ਹੈਜ਼ ਅ ਥਿੱਕੈਸਟ ਬਾਰਕ ਥਿੱਕ ਮਤਲਬ ਪਤਲਾ ਠੀਕ ਹੈ ਥਿੱਕ ਔਫ 애니 ਲਿਵਿੰਗ ਟ੍ਰੀ ਕਿਸੇ ਵੀ ਲਿਵਿੰਗ ਟ੍ਰੀ ਤੇ ਕੋਰਕ ਔਕ ਦੇ தਿੱਕੈਸਟ ਬਾਰਕ ਬਾਰਕ ਕੀ ਹੈ ਹੈਗੀ ਹੈ ਬਾਰਕ ਕੀ ਹੁੰਦਾ ਵੈ ਇੱਕ ਲੱਕੜ ਦਾ ਹੁੰਦਾ ਵੈ ਜਿਹੜਾ ਕਿ ਬਹੁਤ ਜ਼ਿਆਦਾ ਹਲਕਾ ਹੁੰਦਾ ਵੈ ਮਤਲਬ ਕਿ ਇੱਕ ਤਰ੍ਹਾਂ ਦਾ ਲੱਕੜ ਨੂੰ ਹੀ ਕਿਹਾ ਜਾਂਦਾ ਵੈ ਠੀਕ ਹੈ ਪਹਿਲਾਂ ਦੇਖੋ ਇੱਥੇ ਕਿਤੇ ਥਿੱਕ ਦੀ ਕਿਤੇ ਗੱਲ ਕੀਤੀ ਹੋਈ ਹੈ ਉਹ ਤਾਂ ਉਹਨਾਂ ਨੇ ਟਾਫ ਦੱਸਿਆ ਵੈ ਆਵੇ ਕੋਰਕ ਦਾ ਥਿੱਕ ਬਾਰਕ ਆਫ ਦਾ ਕੋਰਕ ਔਕ ਟ੍ਰੀ ਕੋਲ 애니 ਲਿਵਿੰਗ ਟ੍ਰੀ ਦੀ ਗੱਲ ਕਿਤੇ ਕੀਤੀ ਉਹਨਾਂ ਨੇ ਨੋ ਨਹੀਂ ਕੀਤੀ ਉਹਨਾਂ ਨੇ ਕੀਤੀ ਇੱਥੇ thickness ਦੀ ਗੱਲ thickness ਦੀ ਗੱਲ ਕੀਤੀ ਹੈ ਐਂਡ ਦਾ ਕੋਰਕ ઓਕ ਇਟਸੈਲਫ ਇਜ਼ ਏਨ ਐਕਸਟਰਡੀਨਰੀ ਇਟਸ ਬार्क ਗrows ਅਪ ਟੂ 20 ਸੈਂਟੀਮੀਟਰ 20 ਸੈਂਟੀਮੀਟਰ ਤੋਂ ਜ਼ਿਆਦਾ thickness ਹੁੰਦੀ ਉਹਨਾਂ ਦੀ ਇਨਸੂਲੇਟਰ ਇਨ ਦਾ ਟਰੀ ਲਾਈਕ ਅ ਕੋਟ ਰੈਪਡ ਅਰਾਊਂਡ ਦਾ ਟਰੰਕ ਐਂਡ ਅ ਬ੍ਰਾਂਚੇਸ ਐਂਡ ਕੀਪਿੰਗ ਇਨ ਦਾ ਇਨਸਾਈਡ ਕੋਈ ਵੀ ਲਿਵਿੰਗ ਟਰੀ ਦੀ ਗੱਲ ਹੋਈ ਹੈ ਐਨੀ ਲਿਵਿੰਗ ਟਰੀ ਐਨੀ ਤੜਾ ਮੇਨ ਜੜਾ ਕੀਵਰਡ ਐਨੀ ਨੋ ਸੋ ਨਾਟ ਗਿਵਨ ਸੈਕਿੰਡ ਵੇਖੋ ਸਾਇੰਟਿਸਟ ਨੇ ਡਿਵੈਲਪ ਕੀਤੀ ਹੈ ਸਿੰਥੈਟਿਕ ਕੋਰਕ ਕਿਦੇ ਨਾਲ ਵਿਦ ਦਾ ਸੇਮ ਸੈਲੂਲਰ ਸਟਰਕਚਰ ਜਿਹੜਾ ਸਟਰਕਚਰ ਹੈ ਸੇਮ ਹੈ ਸੈਲੂਲਰ ਸੈਲ ਕਿਦੇ ਨਾਲ ਦਾ ਨੇਚਰਲ ਕੋਰਕ ਨਾਲ ਦਾ ਮਤਲਬ ਕਿ ਸਿੰਥੈਟਿਕ ਕੋਰਕ ਆਰਟੀਫੀਸ਼ੀਅਲ ਕੋਰਕ ਬਿਲਕੁਲ ਸੇਮ ਹੈ ਨੇਚਰਲ ਕੋਰਕ ਦੇ ਨਾਲ ਦੇਖੋ ਇੱਥੇ ਪਿਆ ਇਹਦਾ ਆਨਸਰ ਕਿੱਥੇ ਇਹਨਾਂ ਨੇ ਕਿਹਾ ਪਾਰਟਿਕੂਲਰ ਸੈਲੂਲਰ ਸਟਰਕਚਰ ਅਬਾਊਟ 40 ਮਿਲੀਅਨ ਸੈਲਸ 40 मिलियन सेल्स ਹੈ ਪਰ ਕਯੂਬਿਕ ਮੀਟਰ दैट ਟੈਕਨੋਲੋਜੀ ਹੈਸ ਨੈਵਰ ਸਕਸੀਡਡ ਕਿ ਟੈਕਨੋਲੋਜੀ ਤਾਂ ਕਦੇ ਉਹਨਾਂ ਨੂੰ ਸੇਮ ਬਣਾਉਣ ਦੇ ਵਿੱਚ ਸਫਲ ਹੀ ਨਹੀਂ ਹੋਈਗੀ ਰੈਪਲੀਕੇਟ ਮਤਲਬ ਹੁੰਦਾ ਹੈ ਬਿਲਕੁਲ ਸੇਮ ਟੈਕਨੋਲੋਜੀ ਤਾਂ ਕਦੇ ਵੀ ਸਫਲ ਨਹੀਂ ਹੋਈਗੀ ਉਹਨਾਂ ਦੋਨਾਂ ਸਟਰਕਚਰਸ ਨੂੰ ਸੇਮ ਬਣਾਉਣ ਦੇ ਲਈ ਸੋ ਫਿਰ ਉੱਥੇ ਕਹਿ ਰਹੇ ਹੈ ਕਿ ਸੇਮ ਹੈ ਇੱਧਰ ਕਹਿ ਰਹੇ ਹੈ ਰੈਪਲੀਕੇਟ ਨੈਵਰ ਸਕਸੀਡਡ ਸੋ ਵਾਟ ਯੂ ਵਿਲ ਮਾਰਕ ਯੋਰ ਆਨਸਰ ਠੀਕ ਹੈ ਮੈਨੂੰ ਸਮਝ ਲੱਗਦੇ ਪਈ ਹੈ ਕਿ ਪਹਿਲਾਂ ਕੀਵਰਡ ਅੰਡਰਲਾਈਨ ਕਰੋ ਫਿਰ ਉਧਰ ਜਾ ਕੇ ਮੈਚ ਕਰੋ ਇੱਥੇ ਤੁਹਾਡਾ ਮੇਨ ਕੀਵਰਡ ਕੀ ਸੀ ਸੇਮ ਮਤਲਬ ਕਿ ਤੁਹਾਨੂੰ ਹਿੰਟ ਹੋਇਆ ਜਾਂ ਤਾਂ ਇੱਥੇ ਸੇਮ ਦੀ ਸਿਮਿਲਰ ਦੀ ਗੱਲ ਹੋਈ ਹੋएगी ਜਾਂ ਫਿਰ ਡਿਫਰੈਂਟ ਦੀ ਗੱਲ ਹੋਈ ਹੋएगी ਇਥੋਂ ਤੁਹਾਡੇ ਆਨਸਰ ਦਾ ਹਿੰਟ ਹੋਇਆ ਠੀਕ ਹੈ ਹੁਣ ਹਿੰਟ ਕੀ ਹੈਗਾ ਵੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਨਸਰ ਹੋ ਸਕਦਾ ਵੈ ਫੋਰ ਐਗਜ਼ਾਮਪਲ ਮੈਂ ਤੇ ਓਨਲੀ ਲਗਾਇਆ ਵੈ ਕਿ ਓਨਲੀ ਤੇ ਤੁਹਾਡਾ ਆਨਸਰ ਟਰੂ ਹੋ ਸਕਦਾ ਵੈ ਨੋਟ ਕੀਵਨ ਹੋ ਸਕਦਾ ਫਾਲਸ ਹੋ ਸਕਦਾ ਓਨਲੀ ਜਸਟ ਮੇਰਲੀ ਲਿਖਿਆ ਹੈ ਮੈਂ ਮਸਟ ਬੀ ਲੈਫਟ ਫੋਰ 25 ਇਅਰਸ ਕਿ 25 ਇਅਰਸ ਦੇ ਲਈ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਵਾ ਇੰਡੀਵਿਜੂਅਲ ਜਿਹੜੇ ਕੋਕ ਆਕਟਰੀਸ ਹੈਗੇ ਇਹਨਾਂ ਨੂੰ 25 ਸਾਲਾਂ ਦੇ ਲਈ ਛੱਡ ਦਿੱਤਾ ਜਾਂਦਾ ਵਾ ਫਰਸਟ ਐਂਡ ਸੈਕੰਡ ਹਾਰਵੈਸਟ ਦੇ ਟਾਈਮ ਮੇਨ ਮੇਨ ਪਹਿਲਾਂ ਅੰਡਰਲਾਈਨ ਕਰ ਲੈ ਇੰਡੀਵਿਜੂਅਲ ਕੋਕ ਆਕਟਰੀ ਬਟਵੀਨ ਦਾ ਫਰਸਟ ਐਂਡ ਸੈਕੰਡ ਹਾਰਵੈਸਟ ਮੇਨ ਆਪਣਾ ਸਭ ਤੋਂ ਮੇਨ ਕਿਹੜਾ ਹੈ ਕਿ ਉਹਨੂੰ 25 ਸਾਲਾਂ ਦੇ ਲਈ ਛੱਡਿਆ ਜਾਂਦਾ ਹੁਣ ਮੈਂ ਸੋਚਾਂ ਕਿ ਮੈਂ 25 ਸਾਲ ਵੀ ਹੋ ਸਕਦੇ ਆ ਠੀਕ ਹੈ ਫਿਰ ਤਾਂ ਟੂ ਹੋ ਗਿਆ ਤੇ ਜੇਕਰ 25 ਤੋਂ ਉੱਪਰ ਹੈ ਜਾਂ 25 ਤੋਂ ਨੀਚੇ ਹੈ ਫਿਰ ਮੇਰਾ ਫਾਲਸ ਹੋ ਗਿਆ ਤੇ ਜੇਕਰ ਇੱਥੇ 25 ਦਿੱਤਾ ਹੀ ਨਹੀਂ ਹੈ ਡਾਟਾ ਫਿਰ ਨਾਟ 기ਵਨ ਅਸਮਪਸ਼ਨ ਨਾਲ ਬਹੁਤ ਈਜ਼ੀ ਹੋ ਜਾਂਦਾ ਵੈ ਦੇਖੋ ਇੱਥੇ ਫਰੋਮ ਦਾ ਪਲਾਂਟਿੰਗ ਆਫ ਅ ਕੋਕ ਸੈਪਲਿੰਗ ਸੈਪਲਿੰਗ ਕੀ ਹੁੰਦਾ ਵੈ স্মੋਲ ਪਲਾਂਟ ਮੈਂ ਤੁਹਾਨੂੰ ਵਸ ਤੋਂ ਪਹਿਲਾਂ ਹੀ ਦੱਸਿਓ ਹੈ ਤਾਂ ਕਿ ਮੈਂ ਤੁਹਾਨੂੰ ਸਿੱਧਾ ਸਮਝਾਉਣ ਤੇ ਫੋਕਸ ਕਰ ਸਕਾਂ ਟੂ ਦਾ ਫਰਸਟ ਹਾਰਵੈਸਟ ਫਰਸਟ ਹਾਰਵੈਸਟ ਕਿੰਨਾ ਟਾਈਮ ਲੈਂਦਾ ਵੈ 25 ইয়ার্স મતલબ কি ਜਿਹੜੀ ਪਹਿਲੀ ਖੇਤੀ ਹੋਣੀ ਹੁੰਦੀ ਉਹ ਕਿੰਨਾ ਟਾਈਮ ਲੱਗ ਜਾਂਦੀ ਹੈ 25 ਸਾਲ ਲੈਂਦੀ ਹੈ ਤੇ ਜਿਹੜਾ ਗੈਪ ਹੁੰਦਾ ਹੈ મતલਬ ਫਰਸਟ ਤੇ ਸੈਕਿੰਡ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਵਾ ਉਹ ਕਿੰਨੇ ਸਾਲ ਦਾ ਹੁੰਦਾ ਵਾ ਡੇਕੇਡ મતલਬ 10 ਇੱਥੇ ਕੀ ਕਿਹਾ 25 ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਅਨਸਰ ਇੱਥੇ ਕੀ ਆਉਣਾ ਸੀ ਠੀਕ ਹੈ ਮੈਂ ਪਹਿਲਾਂ ਲਿਖਿਆ ਵੀ ਹੋਇਆ ਵਾ ਇੱਥੇ फोर्थ ਕੋਕ ਵਾਕ ਨੂੰ ਸਟ੍ਰਿਪ ਸਟ੍ਰਿਪ મતલਬ ਅਲੱਗ ਕਰ ਦੇਣਾ ਇਨ ਡਰਾਈ ਐਟਮੋਸਫੇਰਿਕ ਕੰਡੀਸ਼ਨਸ ਦੇ ਵਿੱਚ ਜਿਹੜਾ ਡਰਾਈ ਮਤਲਬ ਕਿ ਗਰਮੀ ਵਾਲੇ ਮੌਸਮ ਦੇ ਵਿੱਚ ਉਹਨਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਵੈ ਤੁਹਾਨੂੰ ਪਤਾ ਲੱਗ ਗਿਆ ਵਾ ਟਰੂ ਨੋ ਡਾਊਟ ਮੈਨੂੰ ਪਤਾ ਵੈ ਪਰ ਸਮਝੋ ਹੁਣ ਆਇਆ ਕਿਦਾਂ ਇੱਥੇ ਇਹਨਾਂ ਨੇ ਕਿਹਾ ਵੈ ਇਫ ਦਾ ਕੋਰਕ ਬਾਰਕ ਇਜ਼ ਅ ਸਟ੍ਰਿਪ ਜੇਕਰ ਕੋਰਕ ਬਾਰਕ ਨੂੰ ਅਲੱਗ ਕੀਤਾ ਜਾਂਦਾ ਵੈ ਉਹਨਾਂ ਦਿਨਾਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਜਾਂ ਫਿਰ ਹਵਾ 'ਚ ਨਮੀ ਹੁੰਦੀ ਹੈ ਮoiisturizer ਹੁੰਦਾ ਵੈ ਦੈਨ ਟ੍ਰੀ ਕੀ ਹੈ ਡੈਮੇਜ ਹੋ ਜਾਏਗਾ ਮਤਲਬ ਜੇਕਰ ਆਪਾਂ ਠੰਡ ਦੇ ਵਿੱਚ ਕਰਾਂਗੇ ਲੱਕੜ ਨੂੰ ਅਲੱਗ ਟਰੀ ਤੋਂ ਜਿਹੜੇ ਥੱਲੜਾ ਪੋਰਸ਼ਨ ਹੁੰਦਾ ਵੈਟਰੀ ਦਾ ਠੀਕ ਹੈ ਜੇਕਰ ਆਪਾਂ ਉਹਨੂੰ ਅਲੱਗ ਕਰਾਂਗੇ ਠੰਡ ਦੇ ਵਿੱਚ ਜਾਂ ਮੌਇਸਚਰਾਈਜ਼ਰ 에ਅਰ ਜਦੋਂ ਨਮੀ ਹੁੰਦੀ ਐਰ ਦੇ ਵਿੱਚ ਥੈਨ ਕੀ ਹੋਏਗਾ ਟਰੀ ਕੀ ਡੈਮੇਜ ਹੋ ਜਾਏਗਾ ਇਹਦਾ ਮਤਲਬ ਫਿਰ ਆਪ ਨੂੰ ਕਦੋਂ ਆਪ ਨੂੰ ਸਟ੍ਰਿਪ ਕਰਨਾ ਚਾਹੀਦਾ ਵੈ ਇਨ ਦਾ ਸਮਰ ਸੀਜ਼ਨ ਤਾਂ ਉਹਨਾਂ ਨੇ ਕੀ ਕਿਹਾ ਵੈ ਇਨ ਡਰਾਈ ਸੋ ਆਨਸਰ ਕੀ ਹੋ ਗਿਆ ਟ੍ਰੂ ਇੱਥੇ ਉਲਟ ਲੈ ਕੇ ਚੱਲੇ ਆ ਉਹ ਕਹਿੰਦੇ ਹਨ ਉਹਨਾਂ ਨੇ ਡਰਾਈ ਕਿਹਾ ਵੈ ਸਮਰ ਕਿਹਾ ਵੈ ਤੇ ਇੱਧਰ ਕੀ ਕਹਿਤਾ ਉਹਨਾਂ ਨੇ ਕੋਲਡ ਦੱਸ ਦਿੱਤਾ ਟਰੀ ਡੈਮੇਜ ਹੋ ਜਾਏਗਾ ਇਹਦਾ ਮਤਲਬ ਸਾਨੂੰ ਫਿਰ ਕਦੋਂ ਕਰਨਾ ਚਾਹੀਦਾ ਵੈ ਇਨ ਡਰਾਈ ਐਟਮੋਸਫੇਰਿਕ ਕੰਡੀਸ਼ਨਸ ਹਰ ਨੂੰ ਰਿਮੂਵ ਕਰਨ ਦਾ ਜਸਟ ਇੱਕੋ ਹੀ ਵੇ ਹੈ ਹੱਥ ਦੇ ਦੁਆਰਾ ਓਕ ਟਰੀਸ ਤੋਂ ਕੋ ਸਿਮਪਲ ਅਨਸਰ ਪਿਆ ਨੋ ਨੋ ਮਕੈਨੀਕਲ ਮੀਨਸ ਮਤਲਬ ਕਿ ਮਸ਼ੀਨੀ ਦੀ ਜ਼ਰੂਰਤ ਨਹੀਂ ਹੈ ਕਿ ਜੇ ਸਟ੍ਰਾਈਪਿੰਗ ਅਲੱਗ ਕਰਨ ਲਈ ਕੋਕ ਬਾਕ ਹੈਜ਼ ਬੀਨ ਐਸ ਇਨਵੈਂਟਡ ਸੋ ਥਿਸ ਜੋਬ ਇਜ਼ ਡਨ ਬਾਈ ਦਾ ਟੀਨਸ ਇਹ ਟੀਮ ਦੇ ਦੁਆਰਾ ਕੀਤੀ ਜਾਂਦੀ ਆਫ ਹਾਈਲੀ ਸਕਿਲਡ ਵਰਕਰਸ ਜਿਹੜੇ ਹਾਈਲੀ ਸਕਿਲਡ ਵਰਕਰਸ ਜਿਹੜੇ ਉਹਨਾਂ ਨੂੰ ਜ਼ਿਆਦਾ ਨੋਲੇਜ ਹੁੰਦੀ ਹੈ ਠੀਕ ਹੈ ਤੁਹਾਡੀਆਂ ਫਿਲਪਸ ਹੈ ਮੈਂ ਇਹ ਵਾਲੀ ਰੀਡਿੰਗ ਇਸ ਕਰਕੇ ਚੂਸ ਕੀਤੀ ਸੀ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਟ੍ਰੂ ਫਾਲਸ ਤੇ ਫਿਲਪਸ ਕਿੱਦਾਂ ਕਰੀਤੇ ਆ ਤੁਹਾਨੂੰ ਮੈਂ बार-बार ਇੱਕ ਵੀਡੀਓ ਬਣਾਉਂਗੀ ਟ੍ਰੂ ਫਾਲਸ ਜਾਂ ਫਿਲਪਸ ਦੇ ਤੁਹਾਡਾ ਵੀ ਟਾਈਮ ਵੇਸਟ ਹੋਏਗਾ ਕਿ ਪਾਰਟਿਕੂਲਰ ਇੱਕ ਇੱਕ ਵੀਡੀਓ ਨੂੰ ਵੇਖੋਗੇ ਠੀਕ ਹੈ ਹੁਣ ਮੈਂ ਇੱਕ ਵੀਡੀਓ ਦੇ ਵਿੱਚ ਦੋ ਪਾਰਟਸ ਇਨਕਲੂਡ ਕਰ ਲਏ ਤਾਂ ਕਿ ਤੁਹਾਡਾ ਵੀ ਟਾਈਮ ਵੇਸਟ ਨਾ ਹੋਵੇ ਤੇ ਤੁਸੀਂ ਜਸਟ ਫੋਕਸ ਕਰੋ ਰੀਡਿੰਗ ਦੇ ਤਾਂ ਕਿ ਆਪਣਾ ਤੁਸੀਂ ਜਨ ਤੇ ਫੈਬ ਦੇ ਵਿੱਚ ਇਨਜ਼ਾਮ ਫਿਲ ਕਰ ਸਕੋ ਜਦੋਂ ਵੀ ਤੁਸੀਂ ਕਰਨਾ ਚਾਹੋ ਠੀਕ ਹੈ ਦੋ ਪਾਰਟ ਸੀ ਸਮਝ ਲੱਗੀ ਹੈ ਮੈਂ ਫਿਰ ਸਮਝੂਗੀ ਕਿ ਹਾਂ ਮੇਰੀ ਵੀਡੀਓ ਬਣਾਣਾ ਬੈਨੀਫੀਸ਼ੀਅਲ ਹੋਇਆ ਵਾ ਸਟੂਡੈਂਟਸ ਦੇ ਲਈ ਸੋ ਪਲੀਜ਼ ਮੈਨੂੰ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਦੱਸਿਆ ਜੇ ਕਿ ਤੁਹਾਨੂੰ ਕੁਝ ਪਤਾ ਲੱਗਾ ਵਾ ਮੇਰੀਆਂ ਟਿਪਸ ਦੇ ਨਾਲ ਤੇ ਨਹੀਂ ਲੱਗਾ ਠੀਕ ਹੈ ਸ਼ੇਅਰ ਜ਼ਰੂਰ ਕਰਿਆ ਜੇ ਡੂ ਨਾਟ ਅਫੈਕਟ ਅਫੈਕਟ ਨਹੀਂ ਪੈਂਦਾਗਾ ਡੈਸ਼ ਆਫ ਦਾ ਬੋਲ ਕੰਟੈਂਟ ਬੋਟਲ ਕੰਟੈਂਟ ਤੇ ਇੰਪੈਕਟ ਨਹੀਂ ਪੈਂਦਾਗਾ ਐਡਵਾਂਟੇजेस ਦੱਸਣੀਆਂ ਨੇ ਐਲੂਮੀਨੀਅਮ ਸਕਰੂ ਕੈਪਸ ਦੀਆਂ ਠੀਕ ਹੈ ਦੇਖੋ ਡੈਸ਼ ਤੋਂ ਪਹਿਲਾਂ ਕੀ ਲਿਖਿਆ ਹੋਇਆ ਹੈ ਦਾ ਦੇਖੋ ਇੱਥੇ ਐਲੂਮੀਨੀਅਮ ਸਕਰੂ ਕੈਪਸ ਦੀ ਗੱਲ ਆ ਗਈ ਕਿ ਇਹ ਵਾਲੇ ਜਿਹੜੇ ਸਬਸਟੀਟਿਊਟਸ ਹੁੰਦੇ ਆ ਚੀਪਰ ਹੁੰਦੇ ਆ ਮੈਨੂਫੈਕਚਰ ਜਿਹੜੇ ਮਤਲਬ ਕਿ ਜਿਹੜੇ ਬਣਾਏ ਜਾਂਦੇ ਆ ਸਸਤੇ ਹੁੰਦੇ ਆ ਤੇ ਠੀਕ ਹੈ ਇਹਨਾਂ ਦੇ ਜਿਹੜੇ ਸਕਰੂ ਕੈਪਸ ਹੈ ਕਨਵੀਨੀਅੰਟ ਜ਼ਿਆਦਾ ਹੁੰਦੇ ਆ ਯੂਜ਼ ਕਰਨ ਦੇ ਲਈ ਮਤਲਬ ਕਿ ਐਡਵਾਂਟੇजेस ਦੀ ਗੱਲ ਹੋ ਰਹੀ ਹੈ ਤਾਂ ਫਿਰ ਇਹਦਾ ਆਨਸਰ ਕਿੱਥੇ ਪਿਆ ਹੋਇਆ ਕੈਨ ਸਪੋਇਲ ਦਾ ਆਰਟੀਕਲ ਦੇ ਪਿੱਛੇ ਪ੍ਰੈਪੋਜੀਸ਼ਨ ਦੇ ਅੱਗੇ ਤੁਹਾਡਾ ਆਨਸਰ ਪਿਆ ਹੋਇਆ ਟੇਸਟ ਮਤਲਬ ਕਿ ਬਾਏ ਕੈਮੀਕਲ ਕੰਪਾਊਂਡ ਕਾਲਡ ਜਿਹੜਾ ਜਿੱਥੇ ਕੈਮੀਕਲ ਕਲੋਰਾਈਨ ਦੀ ਗੱਲ ਹੋਈ ਹੈ ਪlant फिनੋਲ ਦੀ ਗੱਲ ਹੋਈ ਹੈ ਇਹਦੇ ਵਿੱਚ ਟੇਸਟ ਤੇ ਇੰਪੈਕਟ ਪੈਂਦਾ ਵੈ ਬਟ ਐਲੂਮੀਨੀਅਮ ਸਕ੍ਰੋਕੈਪਸ ਵਿੱਚ ਨਹੀਂ ਪੈਂਦਾਗਾ ਇਹੀ ਇਹਦੀ ਐਡਵਾਂਟੇਜਸ ਹੈ ਤੇ ਤੁਹਾਨੂੰ ਸੈਕੰਡ ਗੱਲ ਕਿੱਥੋਂ ਪਤਾ ਲੱਗੀ ਦਾ ਤੇ ਆਫ ਆਰਟੀਕਲ ਤੇ ਪ੍ਰੈਪੋਜੀਸ਼ਨ ਤੋਂ ਪਹਿਲਾਂ ਤੁਹਾਨੂੰ ਕੀਵਰਡ ਅੰਡਰਸਟੈਂਡਿੰਗ ਦੇ ਨਾਲ ਪਤਾ ਲੱਗਾ ਬਾਅਦ ਵਿੱਚ ਤੁਹਾਨੂੰ ਗ੍ਰਾਮਰ ਦੇ ਨਾਲ ਪਤਾ ਲੱਗਾ ਹਰ ਚੀਪਰ ਟੂ ਪ੍ਰੋਡਿਊਸ ਨੂੰ ਤੇ ਆਰ ਕਿਵੇਂ ਆਇਆ ਆਪਾਂ ਵੇਖਦੇ ਹਾਂ ਦੇਖੋ ਸਿੱਧਾ ਪਿਆ ਆਰ ਚੀਪਰ ਟੂ ਮੈਨੂਫੈਕਚਰ ਉੱਤਰ ਕੀ ਸੀ ਟੂ ਪ੍ਰੋਡਿਊਸ ਬਿਲਕੁਲ ਸਿੰਪਲ ਆਂਸਰ ਆ ਗਿਆ ਕਨਵੀਨੀਅੰਟ ਟੂ ਯੂਜ਼ ਉੱਥੇ ਯੂਜ਼ਰ ਪਿਆ ਸੀ ਇੱਥੇ ਕਨਵੀਨੀਅੰਟ ਪਿਆ ਮੋਰ ਕੀ ਹੈ ਕਿ ਡਿਗਰੀ ਮਤਲਬ ਕਿ ਤੁਹਾਡਾ ਆਂਸਰ ਮੋਰ ਡਿਗਰੀ ਮੱਚ ਮੋਰ ਮੋਸਟ ਮਤਲਬ ਕਿ ਤੁਹਾਡਾ ਆਨਸਰ ਡਿਗਰੀ ਦੇ ਪਿੱਛੇ ਵੀ ਪਿਆ ਹੁੰਦਾ ਵੈ ਆਰਟੀਕਲ ਪ੍ਰੈਪੋਜੀਸ਼ਨ ਦੇ ਵੀ ਪਿਆ ਹੁੰਦਾ ਵੈ ਜ਼ਰੂਰੀ ਨਹੀਂ ਹੈ ਕਿ ਪ੍ਰੈਪੋਜੀਸ਼ਨ ਤੋਂ ਅਗਲਾ ਆਨਸਰ ਹੋਵੇਗਾ ਪ੍ਰੈਪੋਜੀਸ਼ਨ ਤੋਂ ਪਿਛਲਾ ਵੀ ਹੋ ਸਕਦਾ ਹੈ ਤੇ ਪ੍ਰੈਪੋਜੀਸ਼ਨ ਤੋਂ ਅਗਲਾ ਵੀ ਹੋ ਸਕਦਾ ਹੈ ਬਸ ਮੇਨ ਧਿਆਨ ਰੱਖਿਆ ਕਰੋ ਪ੍ਰੈਪੋਜੀਸ਼ਨ ਡਿਗਰੀ ਆਰਟੀਕਲਸ ਹੈਲਪਿੰਗ ਵਰਬ ਇਹਨਾਂ 'ਤੇ ਧਿਆਨ ਚ ਰੱਖ ਕੇ ਚੱਲਿਆ ਕਰੋ ਠੀਕ ਹੈ ਜੇਕਰ ਤੁਸੀਂ ਕਹੋ ਕਿ ਦਾ ਆਰਟੀਕਲ ਇੱਥੇ ਪ੍ਰੋਡਕਟ ਲਿਖਿਆ ਹੋਇਆ ਆ ਆਪੇ ਦੇਖ ਕੇ ਚੱਲ ਪੋ ਕਿ ਇੱਥੇ ਪ੍ਰੋਡਕਟ ਲੱਗ ਸਕਦਾ ਤੇ ਨਹੀਂ ਪ੍ਰੋਡਕਟ ਲਗਾ ਸਕਦੇ ਹੋ ਸੂਟ ਦਾ ਇਮੇਜ ਆਫ ਕੁਆਲਿਟੀ ਪ੍ਰੋਡਕਟਸ ਦਾ ਇਮੇਜ ਉਹੀ ਮੈਂ ਤੁਹਾਨੂੰ ਦੱਸਿਆ ਸੀ ਆਰਟੀਕਲ ਤੋਂ ਬਾਅਦ ਪ੍ਰੈਪੋਜੀਸ਼ਨ ਤੋਂ ਪਹਿਲਾਂ ਦੇਖੋ ਆਰਟੀਕਲ ਦਾ ਲੱਗਾ ਆਫ ਪ੍ਰੈਪੋਜੀਸ਼ਨ ਲੱਗੀ ਵਿੱਚ ਵਿੱਚ ਅਨਸਰ ਉਹਨਾਂ ਨੇ ਕੀ ਲਿਖਿਆ ਇਮੇਜ ਦੇਖੋ ਸਟੂਡੈਂਟਸ ਇੱਧਰ ਕੀ ਲੱਗਾਇਆ ਹੈ ਇਜ਼ ਹੈਲਪਿੰਗ ਵਰਬ ਤੁਹਾਡਾ ਅਨਸਰ ਕੀ ਪਿਆ ਹੈ ਇਜ਼ ਤੋਂ ਪਹਿਲਾਂ ਇਮੇਜ ਜੇਕਰ ਤੁਸੀਂ ਇੱਥੇ ਕਹੋ ਮੋਰ ਡਿਗਰੀ ਹੈ ਤਾਂ ਮੋਰਤਬਾ ਤੁਸੀਂ ਇਨ ਜਾਂ ਕੀਪਿੰਗ ਲਗਾ ਸਕਦੇ ਹੋ ਨੋ ਹੈਲਪਿੰਗ ਵਰਬ ਤੋਂ ਪਹਿਲਾਂ ਤੁਹਾਡਾ ਆਨਸਰ ਪਿਆ ਹੈ ਇਮੇਜ ਠੀਕ ਹੈ ਕਿ ਇਜ਼ ਮੋਰ ਇਨ ਕੀਪਿੰਗ ਉਹ ਜ਼ਿਆਦਾ ਮਤਲਬ ਕਿ ਇਮੇਜ ਸੂਟ ਕਰਦੇ ਤੇ ਕੀਪਿੰਗ ਨੂੰ ਸੂਟ ਕਿਹਾ ਗਿਆ ਹੈ ਜਿਵੇਂ 10th ਹੈਗਾ ਮੈਂ मेड ਫਰੋਮ ਅ ਸਸਟੇਨੇਬਲ ਮਟੀਰੀਅਲ ਦੇਖੋ ਇੱਥੇ ਡੈਸ਼ ਤੋਂ ਪਹਿਲਾਂ ਏ ਲੱਗਾ ਹੋਇਆ ਫੋਰਕ ਇਜ਼ ਏ ਸਸਟੇਨੇਬਲ ਪ੍ਰੋਡਕਟ ਪ੍ਰੋਡਕਟ ਨੂੰ ਕੀ ਕਹਿੰਦਾ ਉਹਨਾਂ ਨੇ ਮਟੀਰੀਅਲ ਠੀਕ ਹੈ ਏ ਲੱਕੇ ਤੇ ਫਿਲਪ ਲਿਖਣਾ ਸੀ ਫਿਲਪ ਵਿੱਚ ਡੈਸ਼ ਤੋਂ ਪਹਿਲਾਂ ਏ ਜੇਕਰ ਪੈਸੇਜ ਵਿੱਚ ਵੀ ਏ ਦਿੱਤੀ ਹੋਵੇ ਤਾਂ ਜਿੱਥੇ ਫਿਲਪ ਦੇ ਕੀਵਰਡਸ ਮੈਚ ਹੋਣ ਇੱਥੇ ਕੀਵਰਡਸ ਸਾਡੇ ਮੈਚ ਹੋਏ ਸੀ ਪ੍ਰੋਡਕਟ ਦਨ ਪੈਸੇਜ ਵਿੱਚ ਜਿੱਥੇ ਲਿਖਿਆ ਏ ਏ ਉਸ ਤੋਂ ਅਗਲਾ ਵਰਡ ਆਨਸਰ ਹੋਵੇਗਾ ਹੁਣ ਇੱਥੇ ਪੈਸੇਜ ਵਿੱਚ ਕੀ ਲਿਖਿਆ ਏ ਅਗਲਾ ਵਰਡ ਕੀ ਹੈ ਸਸਟੇਨੇਬਲ ਜੇਕਰ ਤੁਹਾਡੇ ਫਿਲਪਸ ਵਿੱਚ ਵੀ ਇਹ ਹੈਗਾ ਵੈ ਤਾਂ ਇੱਥੇ ਵੀ ਏ ਹੋਵੇ ਤਾਂ ਫਿਰ ਇਹ ਤੋਂ ਅਗਲਾ ਆਨਸਰ ਸਸਟੇਨੇਬਲ ਠੀਕ ਹੈ ਨਾਓ 11th ਕੀ ਹੈਗਾ इजीली ਕੀ ਕੀਤਾ ਜਾ ਸਕਦਾ ਵੈ ਵਿਦਆਊਟ ਡਿਫਿਕਲਟੀ ਵਿਦਆਊਟ ਡਿਫਿਕਲਟੀ ਮਤਲਬ ਆਸਾਨੀ ਦੇ ਨਾਲ ਕੀ ਕੀਤਾ ਜਾ ਸਕਦਾ ਵੈ ਰੀਸਾਈਕਲਡ ਹੁਣ ਧਿਆਨ ਨਾਲ ਵੇਖੋ ਰੀਸਾਈਕਲਡ ਅਨਸਰ ਬੀ ਹੈਲਪਿੰਗ ਵਰਬ ਤੋਂ ਬਾਅਦ ਇੱਥੇ ਮੈਂ ਤੁਹਾਨੂੰ ਕਿਹਾ ਸੀ ਹੈਲਪਿੰਗ ਵਰਬ ਤੋਂ ਪਹਿਲਾਂ ਇੱਥੇ ਮੈਂ ਤੁਹਾਨੂੰ ਕਿਹਾ ਸੀ ਹੈਲਪਿੰਗ ਵਰਬ ਤੋਂ ਬਾਅਦ ਮਤਲਬ ਤੁਹਾਡਾ ਅਨਸਰ ਕਲ ਹੈਲਪਿੰਗ ਵਰਬ ਦੇ ਅੱਗੇ ਹੈਲਪਿੰਗ ਵਰਬ ਦੇ ਪਿੱਛੇ ਡਿਗਰੀ ਆਰਟੀਕਲ ਪ੍ਰਪੋਜੀਸ਼ਨ ਦੇ ਕੋਲ ਹੀ ਤੁਹਾਡਾ ਆਨਸਰ ਹੁੰਦਾ ਵੈ। ਲਫਤ ਕੀ ਹੈਗਾ ਵੈ ਕੋਕ ਫਰਸਟ ਏਡ ਏਡ ਕੀ? ਦੇਖੋ ਇੱਥੇ ਏਡ ਦਾ ਸਿਨੋਨਿਮ ਵਰਤਿਆ ਉਹਨਾਂ ਨੇ سپورਟ। ਠੀਕ ਹੈ? ਲੋਕਲ ਬਾਇਓਡਾਈਵਰਸਿਟੀ। ਬਾਇਓਡਾਈਵਰਸਿਟੀ ਹੋ ਗਿਆ ਤੁਹਾਡਾ ਆਨਸਰ ਨੇੜੇ ਪਿਆ ਸੀ, ਈਜ਼ੀ ਸੀ। 13th ਕੀ ਹੈ? ਕੋਕ ਫੋਸਟ ਸਟਾਪ ਡੈਸ਼ ਹੈਪਨਿੰਗ। ਕਿਉਂ ਰੋਕਣ ਦੀ ਕੋਸ਼ਿਸ਼ ਕਰਦੇ ਐ ਕੀ ਹੋਣ ਤੋਂ ਡੈਸਟੀਫਿਕੇਸ਼ਨ ਮਤਲਬ ਡੈਸਟ ਏਰੀਆ, ਡੈਜ਼ਰਟ ਏਰੀਆ ਨਾ ਬਣੇ। ਠੀਕ ਹੈ? ਪਰਿਵੈਂਟ

ਠੀਕ ਹੈ ਕਰ ਦਿਆਂਗੀ ਤੁਹਾਨੂੰ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਉਹ ਵਾਲੇ ਸੈਂਪਲ ਆਨਸਰ ਵੀ ਜਰੂਰ ਦੇਖੇ ਹੋਣਗੇ ਜਿਹੜੀਆਂ ਮੈਂ ਵੀਡੀਓਜ਼ ਅਪਲੋਡ ਕਰ ਚੁੱਕੀਆਂ ਅੱਜ ਜਿਹੜਾ ਟਾਸਕ ਆਇਆ ਸੀ 18 ਦਸੰਬਰ ਨੂੰ 2021 ਠੀਕ ਹੈ ਗਾਇਸ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਆਪਣੇ ਫਰੈਂਡਸ ਨਾਲ ਉਹਨਾਂ ਨੂੰ ਵੀ ਆਇਲਸ ਵਿਦ ਸੋਫੀਆ ਦੇ ਚੈਨਲ ਦੇ ਬਾਰੇ ਜਰੂਰ ਦੱਸੋਗੇ ਤਾਂ ਕਿ ਉਹ ਵੀ ਆਪਣਾ ਪੈਸਾ ਵੇਸਟ ਨਾ ਕਰਨ 14000 ਸੋ ਗਾਇਸ ਆਲ ਦਾ ਵੈਰੀ ਬੈਸਟ ਅੱਜ ਦਾ ਹੁਣ ਐਗਜ਼ਾਮ 30 ਦਸੰਬਰ ਬਰ ਨੂੰ ਹੈ ਜਾਫੇ ਜਿਹੜੇ ਬੱਚੇ ਜੈਂਤ ਵਿੱਚ ਇਗਜ਼ਾਮ ਦੇ ਰਹੇ ਆ ਓਕੇ ਗਾਇਸ ਗੋਡ ਬlesਟ ਟੂ ਆਲ ਆਫ ਯੂ ਨਾਓ ਵੀ ਵਿਲ ਮੀਟ ਇਨ ਦਾ ਨੈਕਸਟ ਯੂਨਿਕ ਵੀਡੀਓ